ਹਾਈ एवरीवन ਮੈਂ ਡਾਕਟਰ ਇਕਬਾਲ ਜੀ ਤਾਂ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਕੋਲਡ ਸਨੀਜ਼ਿੰਗ ਜਾਨੀ ਨਜ਼ਲਾ ਜ਼ੁਕਾਮ ਛਿੱਕਾਂ ਇਹਦਾ ਜਿਹੜਾ ਪਰਮਾਨੈਂਟਲੀ ਇਲਾਜ ਆ ਉਹ ਕਿੱਦਾਂ ਹੋ ਸਕਦਾ ਦੋਸਤੋ ਇਹ ਬਿਲਕੁਲ ਪੋਸੀਬਲ ਆ ਕਿ ਨਜ਼ਲਾ ਜ਼ੁਕਾਮ ਛਿੱਕਾਂ ਨੂੰ ਪਰਮਾਨੈਂਟਲੀ ਠੀਕ ਕੀਤਾ ਜਾ ਸਕਦਾ ਉਹ ਵੀ ਨੇਚਰਲ ਤਰੀਕੇ ਦੇ ਨਾਲ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਔਰ ਬਿਨਾਂ ਕਿਸੇ ਪਰਹੇਜ਼ ਤੋਂ ਸੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਔਰ ਜਾਣਦੇ ਆ ਨਜ਼ਲਾ ਜ਼ੁਕਾਮ ਛਿੱਕਾਂ ਦਾ ਜਿਹੜਾ ਪਰਮਾਨੈਂਟਲੀ ਇਲਾਜ ਆ ਉਹ ਕਿੱਦਾਂ ਹੋ ਸਕਦਾ ਦੋਸਤੋ ਨਜਲਾ ਜੁਕਾਮ ਛਿੱਕਾਂ ਬਹੁਤ ਵਾਰਤਾ ਇਹ ਸੀਜ਼ਨਲ ਹੀ ਹੁੰਦਾ ਸਾਲ 'ਚ 2-4 ਵਾਰ ਹੁੰਦਾ 2-4 ਦਿਨ ਮੈਡੀਸਿਨ ਲੈਣ ਨਾਲ ਠੀਕ ਹੋ ਜਾਂਦਾ ਔਰ ਦੋਸਤੋ ਬਹੁਤ ਵਾਰ ਇਹ ਅਲਰਜਿਕ ਹੁੰਦਾ ਬਾਰ-ਬਾਰ ਐਂਟੀ ਅਲਰਜਿਕ ਐਂਟੀ ਹਿਸਟਾਮਾਈਨ ਮੈਡੀਸਿਨ ਲੈਣੀ ਪੈਂਦੀ ਆ ਤੇ ਬਹੁਤ ਜ਼ਿਆਦਾ ਪਰਹੇਜ਼ ਰੱਖਣਾ ਪੈਂਦਾ ਬਟ ਦੋਸਤੋ ਅਸੀਂ ਪਿਛਲੇ 4 ਸਾਲ ਤੋਂ ਅਪ੍ਰੋਕਸੀਮੇਟ 4500 ਮਰੀਜ਼ ਪਰਮਾਨੈਂਟਲੀ ਠੀਕ ਕਰ ਚੁੱਕੇ ਆ ਸੋ ਦੋਸਤੋ ਆਪਾਂ ਹੁਣ ਸਮਝਦੇ ਆ ਕਿ ਇਹਦਾ ਜਿਹੜਾ ਪੂਰਾ ਪ੍ਰੋਸੀਜਰ ਆ ਉਹ ਕੀ ਆ ਦੋਸਤੋ ਇਹਦਾ 5 ਮਹੀਨੇ ਦਾ ਕੋਰਸ ਹੁੰਦਾ ਪਹਿਲੇ ਦਿਨ ਤੋਂ ਜਦੋਂ ਅਸੀਂ ਮੈਡੀਸਿਨ ਸਟਾਰਟ ਕਰਦੇ ਆ ਇਹ ਜਿਹੜੀ ਮੈਡੀਸਨ ਆ ਇਲੈਕਟ੍ਰੋ ਹੋਮਿਓਪੈਥੀ ਆ 100% ਨੇਚਰਲ ਆ ਮਾਈਨਸ 0% ਵੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਪlant based ਆ ਦੋਸਤੋ ਪਹਿਲੇ ਦਿਨ ਤੋਂ ਜਦੋਂ ਅਸੀਂ ਮੈਡੀਸਨ ਸਟਾਰਟ ਕਰਨੀ ਆ ਉਹਦੇ ਵਿੱਚ ਅਸੀਂ ਜਿਹੜੀ ਮੈਡੀਸਨ ਲੈ ਰਹੇ ਆ ਐਂਟੀ ਅਲਰਜੀ ਐਂਟੀ ਹਿਸਟਾਮਾਈਨ ਉਹਨੂੰ ਅਸੀਂ ਸਟਾਪ ਕਰ ਦੇਣਾ ਬਟ ਇਦਾਂ ਨਹੀਂ ਕਿ ਅਸੀਂ ਲੈ ਨਹੀਂ ਸਕਦੇ ਉਹਨੂੰ ਮਹੀਨੇ ਦੇ ਵਿੱਚ ਇੱਕ ਵਾਰ ਦੋ ਵਾਰ ਐਮਰਜੈਂਸੀ ਦੇ ਵਿੱਚ ਅਸੀਂ ਯੂਜ਼ ਕਰ ਸਕਦੇ ਆ ਉਹ ਅਸੀਂ ਸਾਰੀ ਉਮਰ ਹੀ ਕਰ ਸਕਦੇ ਆ ਮੰਥ ਚ ਇੱਕ ਵਾਰ ਦੋ ਵਾਰ ਔਰ ਦੋਸਤੋ ਪਹਿਲੇ ਦਿਨ ਤੋਂ ਮੈਡੀਸਨ ਨੂੰ ਆਪਾਂ ਬੰਦ ਕਰ ਦੇਣਾ ਵਾ ਔਰ ਸੈਕੰਡ ਇਹਦੇ ਵਿੱਚ ਆਪਾਂ ਠੰਡਾ ਪਾਣੀ ਆਈਸਕ੍ਰੀਮ ਦੁੱਧ ਦਹੀਂ ਲੱਸੀ ਉਹ ਚੀਜ਼ਾਂ ਜ਼ਿਆਦਾ ਲੈਣੀਆਂ ਜਿਨ੍ਹਾਂ ਦੇ ਨਾਲ ਪ੍ਰੋਬਲਮ ਆ ਜਿਹੜੀ ਉਹ ਵਧਣ ਦੇ ਚਾਂਸਸ ਨੇ ਔਰ ਡਸਟੋਮੇਟੀਕਾ ਇਹਦੇ ਵਿੱਚ ਜਾਣ ਦਾ ਕੋਈ ਬਹੁਤਾ ਪ੍ਰਹੇਜ ਨਹੀਂ ਰੱਖਣਾ ਬਹੁਤਾ ਕੋਈ ਮਾਸਕ ਵਗੈਰਾ ਲਾ ਕੇ ਨਹੀਂ ਜਾਣਾ ਆਪਣੀ ਬਾਡੀ ਨੂੰ ਉਹਨਾਂ ਚੀਜ਼ਾਂ ਦੇ ਟੱਚ ਦੇ ਵਿੱਚ ਲੈ ਕੇ ਆਉਣਾ ਜਿਨ੍ਹਾਂ ਦੇ ਨਾਲ ਪ੍ਰੋਬਲਮ ਵਾ ਸਕਦੀ ਆ ਸੋ ਦੋਸਤੋ ਇਹ ਇੱਕ ਬਹੁਤ ਵੱਡਾ ਪੁਆਇੰਟ ਆ ਇਹਦੇ ਨਾਲ ਕੀ ਹੁੰਦਾ ਵਾ ਮੰਨ ਲਓ ਹੁਣ ਅਸੀਂ ਪੇਸ਼ੈਂਟ ਨੂੰ ਪਰਹੇਜ਼ ਦੱਸਦੇ ਆ ਅਸੀਂ 5 ਮਹੀਨੇ ਮੈਡੀਸਿਨ ਦਿੱਤੀ ਪਰਹੇਜ਼ ਦੱਸਿਆ ਪੇਸ਼ੈਂਟ ਠੀਕ ਹੋ ਗਿਆ ਬਟ 5 ਮਹੀਨੇ ਤੋਂ ਬਾਅਦ ਜਦੋਂ ਉਹ ਚੀਜ਼ਾਂ ਖਾਊਗਾ ਜਾਂ ਕੋਈ ਵੀ ਚੀਜ਼ ਕਿਸੇ ਵੀ ਚੀਜ਼ ਦੇ ਟੱਚ ਵਿੱਚ ਜਾਊਗਾ ਤਾਂ ਉਹਨੂੰ ਜਿਹੜੀ ਪ੍ਰੋਬਲਮ ਆ ਉਹ ਆਉਣੀ ਹੀ ਆਉਣੀ ਆ ਇਸ ਲਈ ਉਹਦਾ ਪਰਮਾਨੈਂਟਲੀ ਇਲਾਜ ਫਿਰ ਨਹੀਂ ਹੋ ਸਕਦਾ ਔਰ ਦੋਸਤੋ ਜੇ ਅਸੀਂ 5 ਮਹੀਨਿਆਂ ਦੇ ਵਿੱਚ ਇਹ ਚੀਜ਼ਾਂ ਜਿਆਦਾ ਤੋਂ ਜਿਆਦਾ ਪੇਸ਼ੈਂਟ ਨੂੰ ਖਾਣ ਲਈ ਕਹਿੰਨੇ ਆ ਤਾਂ ਪੇਸ਼ੈਂਟ ਦੀ ਜਿਹੜੀ ਬਾਡੀ ਆ ਉਹ ਯੂਜ਼ ਟੂ ਹੋ ਜਾਂਦੀ ਆ ਔਰ ਇਮਿਊਨ ਸਿਸਟਮ ਆ ਜਿਹੜਾ ਉਹ ਸਟਰੋਂਗ ਹੋ ਜਾਂਦਾ ਤਾਂ ਪੇਸ਼ੈਂਟ ਨੂੰ ਫਿਰ 5 ਮਹੀਨੇ ਤੋਂ ਬਾਅਦ ਇਹ ਚੀਜ਼ਾਂ ਖਾਣ ਦੇ ਨਾਲ ਪ੍ਰੋਬਲਮ ਨਹੀਂ ਆਊਗੀ। ਸੋ ਦੋਸਤੋ ਥੋੜੇ ਬਹੁਤ ਦਿਨ ਪ੍ਰੋਬਲਮ ਆ ਵੀ ਸਕਦੀ ਆ ਕਿਉਂਕਿ ਜਦੋਂ ਅਸੀਂ ਮੈਡੀਸਿਨ ਐਂਟੀ ਅਲਰਜੀਕ ਐਂਟੀ ਹਿਸਟਾਮਾਈਨ ਨੂੰ ਬੰਦ ਕਰਾਂਗੇ ਔਰ ਪਰਹੇਜ਼ ਨਾ ਰੱਖਾਂਗੇ ਔਰ ਥੋੜੇ ਬਹੁਤ ਦਿਨ ਜਿਹੜੀ ਪ੍ਰੋਬਲਮ ਆਊਗੀ ਤਾਂ ਉਹ ਅਸੀਂ ਵੱਧ ਤੋਂ ਵੱਧ ਚੱਲਣੀ ਆ ਉਹਦੇ ਵਿੱਚ ਮੈਡੀਸਿਨ ਐਮਰਜੈਂਸੀ ਦੇ ਵਿੱਚ ਮਹੀਨੇ ਚ ਇੱਕ ਦੋ ਵਾਰ ਯੂਜ਼ ਕਰ ਸਕਦੇ ਆ ਵੈਸੇ ਆਪਾਂ ਨਹੀਂ ਕਰਨੀ। ਔਰ ਦੋਸਤੋ ਤੀਸਰਾ ਜਿਹੜਾ ਪੁਆਇੰਟ ਆ ਉਹ ਹੈਗਾ ਇਹ ਜਿਹੜੀ ਮੈਡੀਸਨ ਆ ਨੇਚੁਰਲ ਆ ਇਸ ਲਈ ਇਹਦਾ ਜਿਹੜਾ ਅਫੈਕਟ ਆ ਉਹ ਬਹੁਤ ਸਲੋਲੀ ਹੁੰਦਾ ਬਹੁਤ ਹੌਲੀ ਹੌਲੀ ਹੁੰਦਾ ਮੰਨ ਲਓ ਹੁਣ ਆਪਾਂ ਕੋਈ ਮੈਡੀਸਨ ਸਟਾਰਟ ਕਰਦੇ ਆ ਜੇ ਹੁਣ ਆਪਾਂ ਇੱਕਦਮ ਉਹ ਬਿਮਾਰੀ ਨੂੰ ਠੀਕ ਕਰਨਾ ਤਾਂ ਉਹਦਾ ਮੈਡੀਸਨ ਦਾ ਜਿਹੜਾ ਅਫੈਕਟ ਆ ਇੱਕਦਮ ਹੋਇਆ ਤੇ ਕੁਝ ਘੰਟਿਆਂ ਬਾਅਦ ਖਤਮ ਹੋ ਜਾਣਾ ਬਟ ਜਿਹੜੀ ਮੈਡੀਸਨ ਨੇਚੁਰਲ ਆ ਉਹਦਾ ਅਫੈਕਟ ਸਲੋਲੀ ਹੋਊਗਾ ਬਟ ਉਹਦਾ ਜਿਹੜਾ ਕਈ ਸਾਲਾਂ ਤੱਕ ਜਾਂ ਬਹੁਤ ਲੰਬੇ ਟਾਈਮ ਲਈ ਰਹੂਗਾ ਜਿਹੜੀ ਚੀਜ਼ ਸਲੋਲੀ ਅਫੈਕਟ ਕਰਦੀ ਆ ਉਹਦਾ ਸਾਈਡ ਇਫੈਕਟ ਵੀ ਨਹੀਂ ਹੁੰਦਾ ਦੋਸਤੋ ਇਹ ਮੈਡੀਸਨ ਦਾ ਸਾਈਡ ਇਫੈਕਟ ਇਸੇ ਲਈ ਨਹੀਂ ਇਹ ਇੱਕ ਸਬੂਤ ਆ ਕਿ ਜਦੋਂ ਆਪਾਂ ਮੈਡੀਸਨ ਲੈਨੇ ਆ ਇਹਦੇ ਨਾਲ ਇੱਕਦਮ ਠੀਕ ਨਹੀਂ ਹੋਣਾ ਪ੍ਰੋਬਲਮ ਉਲਟਾ ਵੱਧ ਜਾਂਦੀ ਆ ਕਿਉਂਕਿ ਬਦਨ ਦੇ ਵੀ ਕਾਰਨ ਕਿਉਂਕਿ ਐਂਟੀ ਹਿਸਟਾਮਾਈਨ ਆਪਾਂ ਐਂਟੀ ਅਲਰਜਿਕ ਜਿਹੜਾ ਬੰਦ ਕਰ ਤਾ ਔਰ ਪਰਹੇਜ ਦੇ ਵਿੱਚੋਂ ਆਪਾਂ ਬਾਹਰ ਆ ਗਏ ਔਰ ਥੋੜੇ ਦਿਨ ਪ੍ਰੋਬਲਮ ਵੱਧਦੀ ਆ ਔਰ ਫਿਰ ਪੇਸ਼ੈਂਟ 10 15 ਦਿਨ ਤੋਂ ਬਾਅਦ ਹੌਲੀ 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 ਠੀਕ ਹੋਣ ਲੱਗ ਜਾਂਦਾ ਔਰ ਦੋਸਤੋ 5 ਮਹੀਨਿਆਂ ਤੋਂ ਬਾਅਦ ਜਿਹੜਾ ਪੇਸ਼ੈਂਟ ਆ ਉਹ ਪਰਮਾਨੈਂਟਲੀ ਠੀਕ ਹੋ ਜਾਂਦਾ ਔਰ ਦੋਸਤੋ ਮੈਡੀਸਨ ਦੀ ਕੋਸਟ 4-5 ਸਾਲ ਤੋਂ ਆਪਾਂ ਕਰ ਰਹੇ ਆ ਜਿਹੜਾ 4-5 ਸਾਲ ਪਹਿਲਾਂ ਸੀ ਉਹਨਾਂ ਦਾ ਆਪਣਾ ਜਿਹੜਾ ਪ੍ਰੋਸੀਜਰ ਆ ਉਹ ਹੀ ਅੱਜ ਆ ਸੋ ਦੋਸਤੋ ਇਹਦਾ ਜਿਹੜਾ ਪ੍ਰੋਸੀਜਰ ਆ ਉਹ ਇਹ ਹੈਗਾ ਜਿਹੜੀ ਪਹਿਲੇ ਮੰਥ ਦੀ ਮੈਡੀਸਨ ਉਹ ਹੁੰਦੀ ਆ 2800 ਰੁਪਏ ਦੀ ਇੱਕ ਵੀਕ ਦੀ 700 ਰੁਪਏ ਦੀ ਔਰ ਉਸ ਤੋਂ ਬਾਅਦ ਜਿਹੜੀ ਮੈਡੀਸਨ ਹੈਗੀ ਉਹ ਇੱਕ ਵੀਕ ਦੀ 1400 ਰੁਪਏ ਦੀ ਯਾਨੀ ਪੂਰਾ ਜਿਹੜਾ ਫੁੱਲ ਕੋਰਸ ਆ ਉਹ 5 ਮਹੀਨੇ ਦਾ ਹੁੰਦਾ ਵਾ ਔਰ 5 ਮਹੀਨਿਆਂ ਦੀ ਜਿਹੜੀ ਕਾਸਟ ਆ ਉਹ ਹੁੰਦੀ ਆ 8400 ਰੁਪਏ ਔਰ ਦੋਸਤੋ ਇਹਦੇ ਨਾਲ ਹਜ਼ਾਰਾਂ ਮਰੀਜ਼ ਨੇ ਜਿਹੜੇ ਉਹ ਪਰਮਨੈਂਟਲੀ ਠੀਕ ਹੋਏ ਨੇ ਪੇਸ਼ੈਂਟ ਪਰਮਾਨੈਂਟਲੀ ਠੀਕ ਹੋ ਜਾਂਦਾ ਔਰ ਦੋਸਤੋ ਇਹਦੇ ਇਸ ਦੇ ਵਿੱਚ ਆਪਾਂ ਇੱਕ ਚੀਜ਼ ਹੋਰ ਸਮਝਣੀ ਹੈ ਕਿ ਪਰਮਾਨੈਂਟਲੀ ਜਿਹੜਾ ਇਲਾਜ ਆ ਇਹਦਾ ਮਤਲਬ ਕੀ ਹੁੰਦਾ ਦੋਸਤੋ ਪਰਮਾਨੈਂਟਲੀ ਇਲਾਜ ਦਾ ਮਤਲਬ ਇਹ ਆ ਕਿ ਪੇਸ਼ੈਂਟ ਜਿਹੜੀ ਮੈਡੀਸਿਨ ਲੈ ਰਿਹਾ ਜਿਹੜਾ ਪਰਹੇਜ਼ ਰੱਖ ਰਿਹਾ ਉਹਦੇ ਤੋਂ ਬਿਲਕੁਲ ਬਾਹਰ ਆ ਜਾਂਦਾ ਔਰ ਉਹ ਬਿਲਕੁਲ ਠੀਕ ਹੋ ਜਾਂਦਾ ਉਹ ਚੀਜ਼ ਉਹਦੀ ਬਿਲਕੁਲ ਠੀਕ ਹੋ ਜਾਂਦੀ ਹੈ ਬਟ ਜਿਹੜਾ ਸੀਜ਼ਨਲ ਹੀ ਹੁੰਦਾ ਵਾ ਸਾਲ ਚ ਦੋ ਚਾਰ ਵਾਰ ਹੁੰਦਾ ਉਹਨੂੰ ਅਸੀਂ ਨਹੀਂ ਰੋਕ ਸਕਦੇ ਉੱਥੇ ਫਿਰ ਅਸੀਂ ਐਂਟੀ ਅਲਰਜਿਕ ਐਂਟੀ ਹਿਸਟਾਮਾਈਨਿਕ ਦੋ ਦਿਨ ਯੂਜ਼ ਕਰ ਸਕਦੇ ਆ ਸੋ ਦੋਸਤੋ ਇਹ ਇੱਕ ਪੂਰਾ ਪ੍ਰੋਸੀਜਰ ਆ ਜਿਹਦੇ ਨਾਲ ਅਪਰੋਕਸੀਮੇਟ 15-1600 ਮਰੀਜ਼ ਆ ਜਿਹੜਾ ਕੋਲਡ ਸਨੀਜ਼ਿੰਗ ਵਾਲਾ ਔਰ 1000 ਦੇ ਅਪਰੋਕਸ ਆ ਜਿਹੜਾ ਪੇਸ਼ੈਂਟ ਅਸਥਮਾ ਵਾਲਾ ਜਿਹਨੂੰ ਅਸੀਂ ਐਸਮਾ ਸਾਹ ਦਾਮਾ ਕਹਿੰਦੇ ਆ ਔਰ ਫੂਡ ਅਲਰਜੀ ਜਿਹਦੇ ਚ ਅਹ uh, wheat dairy products fruits vegetables nuts 7-800 ਪੇਸ਼ੈਂਟ ਆ ਜਿਹੜਾ ਇਨ ਇਹਨਾਂ ਦੇ ਵੀ ਠੀਕ ਹੋ ਚੁੱਕੇ ਆ ਸਕਿਨ ਵਾਲੇ ਵੀ ਬਹੁਤ ਨੇ ਸੋ ਦੋਸਤੋ ਜਿੰਨੇ ਵੀ ਪੇਸ਼ੈਂਟਸ ਠੀਕ ਹੋਏ ਨੇ ਉਹਨਾਂ ਦਾ ਬਾਇਓ ਡਾਟਾ ਵੀ ਆਨਲਾਈਨ ਹੈਗਾ ਅ ਫੇਸਬੁੱਕ ਪੇਜ ਇੰਸਟਾਗ੍ਰam ਵੈਬਸਾਈਟ ਤੇ ਵੀ ਸ਼ੇਅਰ ਕੀਤਾ ਹੋਇਆ ਵਾ ਸੋ ਦੋਸਤੋ ਬਹੁਤ ਹੀ ਵਧੀਆ ਇੱਕ ਪ੍ਰੋਸੀਜਰ ਜਿਹੜਾ ਬਿਲਕੁਲ ਨੇਚਰਲ ਆ ਕੋਈ ਸਾਈਡ ਇਫੈਕਟ ਨਹੀਂ ਹੈ ਇਹਨੂੰ ਲੈ ਕੇ ਅਸੀਂ ਪਰਮਾਨੈਂਟਲੀ ਠੀਕ ਹੋ ਸਕਦੇ ਆ ਸੋ ਦੋਸਤੋ ਇਹ ਆਪਾਂ ਗੱਲ ਕੀਤੀ ਅੱਜ ਨਜਲਾਜ ਕੰਮ ਸ਼ਿੱਕਾਂ ਬਾਰੇ ਔਰ ਨੈਕਸਟ ਵੀਡੀਓ ਦੇ ਵਿੱਚ ਫੇਰ ਗੱਲ ਕਰਾਂਗੇ ਥੈਂਕਸ ਫॉर ਵਾਚਿੰਗ